ਧਾਰਮਿਕ ਮੇਲੇ ਦੇ ਵਿੱਚੋਂ ਇੱਕ ਮੋਟਰਸਾਈਕਲ ਪਿਸਤੌਲ ਦੀ ਨੋਕ ਦੇ ਉੱਤੇ ਲੁੱਟਿਆ ਗਿਆ। ਦਰਅਸਲ ਜਾਣਕਾਰੀ ਅਨੁਸਾਰ ਮੁੰਡੇ ਜੋ ਮੋਟਰਸਾਈਕਲ ਤੇ ਸਵਾਰ ਸੀ, ਉਹਨਾਂ ਦਾ ਕਹਿਣਾ ਕਿ ਉਹ ਆਪਣੇ ਕੰਮ ਤੋਂ ਜਦੋਂ ਵਾਪਸ ਆ ਰਹੇ ਸੀ ਤਾਂ ਮੇਲੇ ਦੇ ਵਿੱਚੋਂ ਹੋ ਕੇ ਨਿਕਲ ਰਹੇ ਸੀ ਤੇ ਇੰਨੇ ਦੇ ਵਿੱਚ 3 ਤੋਂ 4 ਨੌਜਵਾਨ ਜਿਨ੍ਹਾਂ ਨੇ ਆਪਣੇ ਮੂਲ ਭੇਟੇ ਹੋਏ ਸੀ ਉਹ ਆਉਂਦੇ ਨੇ ਤੇ ਆਉਂਦੇ ਸਾਰ ਹੀ ਜੋ ਬਾਈਕ ਦੇ ਪਿੱਛੇ ਬੈਠਾ ਮੁੰਡਾ ਹੁੰਦਾ ਉਸਦੀ ਵੱਖੀ ਦੇ ਵਿੱਚ ਪਿਸਤੌਲ ਤਾਣ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਮੋਟਰਸਾਈਕਲ ਛੱਡਣ ਦੇ ਲਈ ਕਿਹਾ ਜਾਂਦਾ। ਹਾਲਾਂਕਿ ਪਹਿਲਾਂ ਤਾਂ ਉਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਕਿਉਂਕਿ ਭੀੜ ਹੁੰਦੀ ਹੈ, ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਇਹ ਭੱਜ ਜਾਣਗੇ, ਪਰ ਜੋ ਲੁਟੇਰੇ ਸੀ ਉਹ ਬੇਖੌਫ ਸੀ, ਉਹਨਾਂ ਨੇ ਤੁਰੰਤ ਹੀ ਉੱਥੇ ਜਾਨੋਂ ਮਾਰਨ ਦੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਹਨਾਂ ਨੂੰ ਆਪਣਾ ਬਾਈਕ ਉਹਨਾਂ ਨੂੰ ਦੇਣਾ ਪੈ ਗਿਆ। ਤਾਂ ਦੱਸ ਦਈਏ ਕਿ ਪਿਸਤੌਲ ਦੀ ਨੋਕ ਦੇ ਉੱਤੇ ਇੱਕ ਚੱਲਦੇ ਮੇਲੇ ਦੇ ਵਿੱਚੋਂ ਮੋਟਰਸਾਈਕਲ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਨੇ। ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਧਾਰਮਿਕ ਮੇਲਾ ਲੱਗਿਆ ਹੋਇਆ ਸੀ, ਮੇਲੇ ਦੇ ਵਿੱਚ ਕਾਫੀ ਜ਼ਿਆਦਾ ਭੀੜ ਸੀ ਅਤੇ ਇੰਨੇ ਦੇ ਵਿੱਚ ਇੱਕ ਨੌਜਵਾਨ ਜਦੋਂ ਬਾਈਕ ਦੇ ਉੱਤੇ ਬੈਠ ਕੇ ਆਪਣੇ ਸਾਥੀ ਦੇ ਨਾਲ ਆ ਰਿਹਾ ਸੀ ਤਾਂ ਸਾਹਮਣੇ ਤੋਂ ਮੂਲ ਭੇਟੇ ਹੋਏ ਸੀ ਉਹਨਾਂ ਨੇ ਕੱਪੜਿਆਂ ਦੇ ਨਾਲ, ਭੱਜਦੇ ਆਉਂਦੇ ਨੇ ਅਤੇ ਆਉਂਦੇ ਸਾਰ ਹੀ ਜੋ ਬਾਈਕ ਸਵਾਰ ਆ ਉਸਨੂੰ ਧਮਕੀ ਦੇਣੀ ਸ਼ੁਰੂ ਕਰ ਦਿੰਦੇ ਨੇ ਕਿ ਉਹ ਆਪਣਾ ਬਾਈਕ ਉਹਨਾਂ ਨੂੰ ਦੇ ਦੇਵੇ, ਜੇਕਰ ਨਾ ਦਿੱਤਾ ਤਾਂ ਉਹ ਉਸਨੂੰ ਗੋਲੀ ਮਾਰ ਦੇਣਗੇ। ਤਾਂ ਇਸ ਤੋਂ ਬਾਅਦ ਉਹ ਆਪਣਾ ਬਾਈਕ ਉਹਨਾਂ ਨੂੰ ਦੇ ਦਿੰਦਾ, ਜਿਸ ਤੋਂ ਬਾਅਦ ਸਾਰੇ ਹੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਹੈ, ਆਲੇ ਦੁਆਲੇ ਲੱਗੇ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਪਰ ਹਾਲੇ ਤੱਕ ਲੁਟੇਰਿਆਂ ਦਾ ਕੋਈ ਵੀ ਪਤਾ ਨਹੀਂ ਚੱਲ ਸਕਿਆ। ਮੇਰਾ ਨਾਮ ਦਿਲਬਾਗ ਸਿੰਘ ਹੈ ਭਾਜੀ। ਕੀ ਗੱਲ ਹੋਈ ਹੈ? ਗੱਲ ਕੀ ਹੋਣੀ ਭਾਜੀ, ਤੋਂ ਅਸੀਂ ਬੈਂਕ 'ਚ ਡਿਊਟੀ ਦੇ ਟਾਈਮ ਆ ਰਹੇ ਹਾਂ, ਇੱਥੇ ਇੱਧਰ ਹਜੂਮ ਆਇਆ ਰਾਪੁਲ ਵਾਲੇ ਮੋੜ ਤੋਂ, ਅਤੇ ਮੈਂ ਹੌਲੀ ਕਰ ਲਿਆ ਵਾ, ਮੇਰੇ ਨਾਲ ਮੁੰਡਾ ਵਾ, ਮਗਰੋਂ ਉਹਦੀ ਵੱਖੀ ਦੇ ਪਿਸਤੌਲ ਰੱਖ ਲਿਆ ਵਾ ਮੇਰੇ ਸਿਰ 'ਤੇ ਰੱਖ ਲਿਆ, ਅਤੇ ਆਂਹਦੇ ਮੋਟਰਸਾਈਕਲ ਛੱਡ ਦੇ, ਅਤੇ ਮੈਂ ਡਰਦੇ ਮਰਨ ਨੇ ਛੱਡਦਾ, ਮੈਂ ਕਿਹਾ ਮੋਟਰਸਾਈਕਲ ਛੱਡਦਾ ਤਾਂ ਉਹਨਾਂ ਮੇਰੇ ਗੋਲੀ ਮਾਰ ਦੇਣ। ਉਹ ਇੱਧਰ ਹਜੂਮ ਆਇਆ ਵਾ, ਉਦੋਂ 3-4 ਜਣੇ ਉਹਨਾਂ ਮੂੰਹ ਵੱਧੇ ਸੀ, ਮੇਰੇ ਸਿਰ 'ਤੇ ਗੋਲੀ ਰੱਖੀ ਆ, ਆਹ ਸਾਰੇ ਆਹ ਜਵਾਨ ਆ ਮੁੰਡੇ, ਆਹ ਜਿੰਨੇ ਵੀ ਆ ਮਛਿਆਉਂਦੀ ਵਾਲੇ ਸਾਰੇ ਨਹੀਂ ਪਛਾਣ ਨੀ ਕੋਈ ਭਾਜੀ, ਮੂੰਹ ਵੱਧੇ ਸੀ ਉਹਨਾਂ। ਮੰਗ ਇਹੋ ਕਰਦੇ ਵੀ ਮੇਰਾ ਪ੍ਰਸ਼ਾਸਨ ਕੋਲ ਕਿੰਨੇ ਲੋਕਾਂ ਨੂੰ ਨੱਥ ਪਾਈ ਜਾਵੇ ਦੇ ਕੇ ਮੇਰਾ ਮੋਟਰਸਾਈਕਲ ਮੈਨੂੰ ਦਿੱਤਾ ਜਾਵੇ, ਮੈਂ ਤਾਂ ਇੱਕ ਕਿਸ਼ਤ ਤਾਰੀ ਉਹਦੀ। ਲਾਰਸ ਸਰ ਅਜਨਾਲੇ ਦੇ। ਆਪਾਂ ਸਰ ਡਿਊਟੀ 'ਤੇ ਆਉਂਦੇ ਹਾਂ, ਡਿਊਟੀ 'ਤੇ ਆਉਂਦੇ ਤਾਂ 3-4 ਜਣੇ ਇੱਧਰੋਂ ਆਏ, 3 ਜਣੇ ਭੱਜੇ, ਆਹ ਰਸਤੇ ਵਿੱਚ ਨਾਲ ਹੀ ਸਾਨੂੰ ਇਹਦੇ ਵੀਰ ਦੇ ਪਿਸਤੌਲ ਇੱਥੇ ਲਾ ਲਿਆ ਅਤੇ ਮੇਰੇ ਬੱਕੀ ਦੇ, ਕਹਿੰਦੇ ਉੱਤਰ ਜੋ ਥੱਲੇ ਨੇ ਅਤੇ ਤੁਹਾਨੂੰ ਗੋਲੀ ਮਾਰ ਦੇਣੀ ਹੈ। ਉਸ ਵੇਲੇ ਵੀਰ ਨੇ ਕਹਿਤਾ ਵੀ ਚਲੋ ਠੀਕ ਆ ਜੀ, ਉੱਤਰ ਗਏ, ਉਹ ਮੋਟਰਸਾਈਕਲ ਭਜਾ ਕੇ ਇੱਧਰ ਸਿੱਧੇ ਚਲ ਗਏ ਨੇ। ਪਛਾਣੇ ਕਿਸੇ ਨੂੰ? ਪਛਾਣ ਤਾਂ ਸਰ ਦੂਹ ਬੰਦੇ ਤਰਨ ਮਾਲ ਹੈ, ਰੰਗ ਉਹਨਾਂ ਦੇ ਸਲੇਰੇ ਜਿਹੇ ਰੰਗ ਦੇ। ਆਪਾਂ ਮੰਗ ਸਰ ਇਹੋ ਚਾਹੁੰਦੇ ਹਾਂ ਵੀ ਚਲੋ ਵਿਚਾਰੇ ਦਾ ਮੋਟਰਸਾਈਕਲ ਲੱਭ ਜੇ। ਅੱਜ ਇੱਥੇ ਮੇਲਾ ਚੱਲ ਰਿਹਾ ਜੀ, ਕਾਫੀ ਸੰਗਤ ਲਿਆ, ਕਰੀਬ 10-12 ਹਜ਼ਾਰ ਕਰੀਬ, ਅਤੇ ਸਾਨੂੰ ਹੁਣੇ ਦਿਲਬਾਗ ਸਿੰਘ ਵਾਸੀ ਅਜਨਾਲਾ ਨੇ ਇਤਲਾਹ ਦਿੱਤੀ ਆ ਵੀ ਮੈਂ ਮੇਲੇ ਦੇ ਵਿੱਚ ਜਾ ਰਿਹਾ ਸੀਗਾ ਅਤੇ ਮੇਲੇ ਤੋਂ ਬਾਹਰ ਨਿਕਲਦੇ ਹਾਂ 2 ਨੌਜਵਾਨ ਉਹਦੇ ਕੋਲੋਂ ਮੋਟਰਸਾਈਕਲ ਖੋ ਕੇ ਲੈ ਗਏ। ਅਸੀਂ ਮੌਕੇ 'ਤੇ ਆਏ ਹਾਂ ਜੀ, CCTV ਕੈਮਰੇ ਚੈੱਕ ਕਰ ਰਹੇ ਹਾਂ, ਸਾਰਾ ਮਾਮਲਾ ਵੈਰੀਫਾਈ ਕਰਕੇ ਜੋ ਕਾਰਵਾਈ ਬਣਦੀ ਹੋਊਗੀ ਉਹ ਅਸੀਂ ਕਰਾਂਗੇ।